ਮਾਈ ਦੇ ਚੈੱਕ ਕਰੋ ਉਹਨਾਂ ਦੇ ਨਾਮ, ਹਾਂਜੀ ਮਾਈ ਦੇ ਸਿੰਘ ਚੈੱਕ ਕਰੋ, ਮਾਈ ਦੀ ਪੁੱਠੇ ਚੈੱਕ ਕਰੋ, ਵੱਡੀ ਮਾਈ ਦੀ ਚੈੱਕ ਕਰੋ, ਤੇ ਥੱਲੋਂ ਡਾਕਾ ਚੈੱਕ ਕਰੋ ਥੱਲੇ, ਤਾਂ ਫਿਰ ਜਨਾਬ ਜੇ ਤਿਆਰ ਹੋਏ ਫਿਰ ਦੱਸਾਂਗੇ ਨਾ ਵੀਰਾਂ ਨੂੰ। ਮਾਸ਼ਾ ਅੱਲਾ, ਅੱਛਾ ਮਾਈ ਦੇ 4 ਮਹੀਨੇ ਪਏ ਨੇ, 6ਵੇਂ ਮਹੀਨੇ 'ਚ। ਭਾਈ ਵਕਾਰ, ਇਹ ਮੱਝ ਜਿਹੜੀ ਕਿਨਵਾ ਸੁਭਾਉਣੇ ਨੇ ਸੁਣਾ ਦੁਬਾਰਾ ਭਾਈ ਜਾਨ, ਮਾਈ ਤੀਜਾ ਸੁਣਾ। ਅੱਛਾ, ਹਾਂਜੀ, ਇੱਕ ਆਪਦੇ ਪੂਰੇ ਰੂਹ 'ਚ ਹੋਵੇ ਤੇ ਕਿੰਨਾ ਦੁੱਧ ਕਰਦੇ ਭਾਈ ਜਾਨ? 26-27 ਆਮ ਰੂਟੀਨ ਨਾਲ ਮੱਝ ਮੇਰੀ ਦੁੱਧ ਦਿੰਦੀ। ਅੱਛਾ, ਜ਼ਬਾਨੀ ਕਲਾਮੀ ਨਹੀਂ ਹੈ, ਅਮਲਾਂ ਕੰਮ ਕਰਾਵਾਂਗਾ। ਜ਼ਿੰਦਾਬਾਦ, ਜਿਸ ਬਰਾ ਦੀ ਦਿਲ ਕਰੇ ਜਦੋਂ ਮੇਰੀ ਮਾਈ ਤਿਆਰ ਹੋਵੇ ਆ ਜਾਵੇ। ਲਓ ਜੀ ਭਾਈ ਵਕਾਰ ਦੇ ਜਿਹੜੇ ਜਾਨਵਰ ਨੇ ਨਾ, ਮਾਸ਼ਾਅੱਲਾ, ਇਹ ਜਿਹੜੀ ਛੋਟੀ ਹੈ ਜਨਾਬ, ਅੱਛਾ, ਇਹ 8 ਮਹੀਨੇ ਦੀ ਪ੍ਰੈਗਨੈਂਟ ਹੈ, 8 ਦੀ, ਬਾਕੀ ਤੇਰੇ ਸਾਹਮਣੇ ਜਨਾਬ ਥੱਲੋਂ ਤਲੀ ਪੱਟੀ ਖਲੋਤੀ ਹੈ, ਤਲੀ ਪੱਟੀ ਖੜੀ ਹੈ, ਮਾਈ ਦੇ ਕੱਦ ਹੁਸਨ, ਮਾਈ ਦਾ ਸਾਂਭੀ ਬੜੀ ਹੋਇਆ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਸੋਹਣਾ ਥੱਲੇ ਥਾਣੇ ਜਨਾਬ, ਹੈ ਕਿਸੇ ਦੇ ਪਸੰਦ ਆ ਗਈ ਤੇ ਇਨਸ਼ਾਅੱਲਾ ਭਰਾ ਕੋਲ ਲੈ ਲੈਣੀ ਬੱਗੀ ਮੁੱਛ। ਹਾਂਜੀ, ਜ਼ਿੰਦਾਬਾਦ। ਇਹ ਕਿੰਨੇ ਮਹੀਨਿਆਂ ਦੀ? 8 ਮਹੀਨਿਆਂ ਦੀ, 8 ਮਹੀਨਿਆਂ ਦੀ। ਥੱਲੋਂ ਜਨਾਬ ਮਾਸ਼ਾਅੱਲਾ, ਇਹ ਜਿਹੜੀ ਇਹਨੂੰ ਵੀ ਕੱਢੋ ਇੱਧਰ ਨੂੰ। ਇਹ ਕਿਨਵਾ ਸੂਬਾ ਹੈ? ਇਹ ਮਾਈ ਦਾ ਜੀ ਦੂਜਾ ਸੂਬਾ ਹੈ, ਦੂਸਰਾ ਸੂਬਾ। ਅੱਛਾ, ਠੱਪੇ ਲੱਗੇ ਨੇ ਹੈ? ਅੱਛਾ, ਇਹ ਕਿੰਨੇ ਮਹੀਨਿਆਂ ਦੀ ਪਾਈ ਪ੍ਰੈਗਨੈਂਟ? 9 ਮਹੀਨੇ ਦੀ। ਸੋਹਣਾ ਥੱਲੇ ਜਨਾਬ, ਜਿਹੜੀ ਨਾ ਗੰਜੈਸ਼ ਅੱਲਾ ਪਾ ਖੈਰ ਕਰ। ਅੱਛਾ ਭਾਈ ਵਕਾਰ, ਲਿਆਓ ਹਾਂ ਇੱਧਰ ਨੂੰ। ਕਿੰਨੇ ਮਹੀਨਿਆਂ ਦੀ? ਦੇਖ ਲੈਣਾ ਜਿਹਦੀ ਦਿਲ ਕਰੇ ਕੰਨ ਤੋਂ ਫਾੜ ਕੇ ਮਾਈ ਲਈ ਜਾਏ। ਜ਼ਿੰਦਾਬਾਦ, ਸੋਹਣਾ ਥਾਣੇ ਥੱਲੇ ਹੈ, ਥੱਲੋਂ ਚੰਗੀ ਬਣਦੀ, ਬਹੁਤ ਵੱਡੀ ਬਣਦੀ, ਚੰਗੀ ਨਹੀਂ ਬਹੁਤ ਵੱਡੀ ਬਣਦੀ ਹੈ। ਦਾਗ ਲੱਗੇ ਨੇ ਆ, ਉਹਦੇ ਦਾਗ ਨੇ ਉਧਰ ਦੇ ਠਾੜ ਦੇ, ਪੁਰਾਣੇ ਦਾਗ ਨੇ, ਮੈਂ ਨਹੀਂ ਲਾਇਓ। ਹਾਂਜੀ, ਮਾਲਕਾਂ ਦੇ ਲੱਗੇ ਹੋਣੇ। 9 ਮਹੀਨਿਆਂ ਦੀ ਮਹੀਨਾ ਇੱਕ ਲੈਂਦੀ ਹੈ, ਹੋਰ ਕਿਹੜੀ ਇਹਦੇ ਤੋਂ ਇਲਾਵਾ? ਆਹ ਤਾਂ ਵਹਾਤੀ ਨਾ, ਨਾ ਨਹੀਂ ਤੂੰ ਇਹਨਾਂ ਦੇ ਦੱਸਣਾ। ਇਹ ਮੱਝ ਦਾ ਜਿੰਦਾ ਕੱਟਾ ਰੱਖਿਆ ਹੋਇਆ ਜੀ, ਇਹ ਵੀ ਚੈੱਕ ਕਰਾਈਏ ਹੈ। ਬਿਲਕੁਲ ਜੀ, ਮਾਸ਼ਾਅੱਲਾ, ਹੱਡੀ ਵੇਖਣੀ ਜਨਾਬ, ਐਂ ਜੇ ਕੁਹਾੜੇ ਰੰਗੀ, ਸੋਹਣੀਆਂ ਟਾਕਾਂ ਤੇ ਥੱਲੋਂ ਵੀ ਇਨਸ਼ਾਅੱਲਾ ਤਾਲਾ ਸੋਹਣੀ ਇਹਦੀਆਂ ਰਾਸਾਂ ਵੱਡੀਆਂ। ਮੇਰਾ ਖਿਆਲ ਹੈ ਕੋਈ 100 ਚੋਂ ਇੱਕ ਮਾਈ ਦੀ ਹੋਣੀ, ਇਸੇ ਤਰ੍ਹਾਂ ਇਵੇਂ ਇਵੇਂ। ਇਹ ਬਿਲਕੁਲ ਕਲਾਮੀ ਨਹੀਂ, ਅਗਰ ਕਿਸੇ ਮਾਈ ਦੀ ਹੋਈਆਂ ਨਾ ਤੇ 100 ਚੋਂ ਇੱਕ ਦੀ ਆਉਣਗੀਆਂ। ਹਰ ਮਾਈ ਨੂੰ ਵੀ ਹੱਡੀਆਂ ਨਹੀਂ ਲੱਗਣਗੀਆਂ, ਨਹੀਂ ਲੱਗਦੀਆਂ ਸੱਚਾ। ਮਾਸ਼ਾਅੱਲਾ, ਇਹ ਕਿੰਨੇ ਮਹੀਨਿਆਂ ਦੀ ਪ੍ਰੈਗਨੈਂਟ? ਇਹ ਬਾਈ ਜਾਨ 7 ਮਹੀਨੇ ਦੀ ਹੈ। ਇਹ ਕਿੰਨਾ ਦੁੱਧ ਕਰਦੀ ਰਹੀ? ਇਹ ਮੈਂ ਹੁਣ ਐਵੇਂ ਤੁਹਾਡੇ ਨਾਲ ਝੂਠ ਕਿਆ ਬੋਲੀ ਰੱਖਾਂ। ਜ਼ਿੰਦਾਬਾਦ, ਜਦੋਂ ਮਾਈ ਤਿਆਰ ਹੋਈ ਮੈਂ ਤੁਹਾਨੂੰ ਖੁਦ ਦੇ ਮਾਈ ਲਾਈਵ ਚਵਾਣੀ ਹੈ। ਤੁਸੀਂ ਮੈਨੂੰ ਕਿਹਾ ਹੈ ਵੀ ਮੈਂ ਮੱਝਾਂ ਲਾਈਵ ਚਵਾਣੀਆਂ, ਲਾਈਵ ਚਵਾਣੀਆਂ ਮੱਝ, ਇਨਸ਼ਾਅੱਲਾ। ਮਾਈ ਤੁਹਾਨੂੰ ਆਪ ਦੱਸੀ ਕਿ ਮੇਰੇ ਕੋਲ ਕਿੰਨਾ ਦੁੱਧ, ਕਿੰਨਾ ਦੁੱਧ ਹੈ? ਸੋਹਣੇ ਜਾਨਵਰ ਨੇ, ਜਾਨਵਰ ਕਾਫੀ ਖੜੋਤੇ ਹੋਏ ਨੇ ਬਾਕੀ ਜੀ। ਇਹ ਜਿਹੜੇ ਜਾਨਵਰ ਤੁਹਾਨੂੰ ਵਿਖਾ ਰਹੇ ਇਨਸ਼ਾਅੱਲਾ ਤਾਲਾ, ਇਹ ਜਿਹੜੀ ਝੋਟੀ ਦੂਜਣ ਹੈ ਸੋਹਣੀ, ਮਾਸ਼ਾਅੱਲਾ, 9 ਮਹੀਨੇ ਦੀ। ਕੋਈ ਬਰਾਦਾਰ ਵੀ ਨਾ ਮਾਰੇ, ਮੇਰੀ ਗਰੰਟੀ ਉਸੇ ਤੋੜ ਤੇ ਕਰ। ਜ਼ਿੰਦਾਬਾਦ, ਮੈਂ ਇੱਕ ਦਾਰ ਵੀ ਨਹੀਂ ਇੱਥੇ ਮਾਰਨ ਦਿੰਦਾ, ਮੱਝ ਤੋਂ ਗਲਤ ਨਿਕਲੇ ਪੈਸੇ ਉਹਨਾਂ ਦੇ ਅਮਾਨਤ ਮੇਰੇ ਕੋਲ ਜਨਾਬ। ਜ਼ਿੰਦਾਬਾਦ, ਜ਼ਿੰਦਾਬਾਦ। ਲਓ ਜੀ, ਜਿਹੜਾ ਜਾਨਵਰ ਪਸੰਦ ਆਉਣਾ ਉਹਦਾ ਸਕਰੀਨਸ਼ੋਟ ਖਿੱਚ ਕੇ ਤੁਸੀਂ ਸਾਨੂੰ ਭੇਜਣਾ ਹੈ ਇਨਸ਼ਾਅੱਲਾ ਤਾਲਾ, ਅਤੇ ਵੀਡੀਓ ਸਹਿ ਲੰਮੀ ਹੋ ਗਈ ਹੈ। ਇਹ ਵੀ ਮੱਝ ਖੜੋਤੀ ਬੰਨੋ, ਬਸ ਠੀਕ ਹੈ, ਬੜੀ ਬਣ ਗਈ ਮਾਸ਼ਾਅੱਲਾ। ਅੱਛਾ, ਮਾਸ਼ਾਅੱਲਾ, ਜ਼ਿੰਦਾਬਾਦ, ਜ਼ਿੰਦਾਬਾਦ। ਅੱਛਾ, ਇਹਦੇ 7.5 ਮਹੀਨੇ ਪੂਰੇ ਹੋ ਗਏ ਨੇ। 7 ਮਹੀਨੇ ਜਨਾਬ ਮਾਈ ਦੇ, ਇਹਨੂੰ ਵਿਖਾਓ, ਸਿਰ ਤੋਂ ਰੱਖ ਕੇ ਪੈਰ ਤੱਕ ਮੱਝ ਨੂੰ ਵਿਖਾਓ। ਜ਼ਿੰਦਾਬਾਦ ਭਾਈ ਵਕਾਰ, ਸਾਰੇ ਜਾਨਵਰ ਮਾਸ਼ਾਅੱਲਾ ਵਹਾਤੇ ਨੇ, ਮੈਂ ਕੱਟੇ ਨੂੰ ਵਹਾਈ ਆਵਾਂ। ਮਾਸ਼ਾਅੱਲਾ ਜੀ, ਇਹ ਕੱਟਾ ਹੈ, ਮੂੰਹ ਛਿੱਗਾ ਜੇ,
ਅਤੇ ਅੱਡੀਆਂ ਛੱਡੀਆਂ ਸੋਹਣੀਆਂ ਨੇ, ਥੱਲੋਂ ਆਂਡਾਂ ਜਿਹੜੀਆਂ ਨੇ ਜਨਾਬ। ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ। ਅਤੇ ਭਾਈ ਕਿਹੜੇ ਦੀ ਕਿਹੜੀ ਕੱਟੀ ਦੀ ਭਲਾ ਵਿਖਾਓਗੇ ਨਾ, ਐ ਪੁੱਛੀ ਸੀ ਕਾਢਾਂ ਇੱਧਰ ਨੂੰ। ਵਾਹ ਜੀ ਮਾਸ਼ਾਲਾ, ਐ ਅੱਗੋ ਜੀ ਇਹਦੀ ਕੱਟੀ ਹੈ ਮੱਝ ਇੱਕ ਦੀ, ਪਰ ਸੋਹਣੀ ਬੁੱਚੀ ਬੱਗੀ ਮੋਛੇ ਕਮਾਲ ਦਾ ਬ੍ਰਾਂਡ ਹੈ ਜੀ ਇਹ ਕੱਢੀ, ਇਸੇ ਕੱਟੇ ਦੀ ਹੈ। ਇਹ ਜਨਾਬ ਇਸ ਕੱਟੇ ਦੀ ਅੱਗੋ ਜਿਹੜੀ ਨਾ ਬਰੀਡ ਤਿਆਰ ਹੁੰਦੀ ਪਈ ਕੱਟੀ, ਇਸ ਮੱਝ ਦੀ ਮੱਝਾਂ ਸਾਰੀਆਂ ਹੀ ਬੜੀਆਂ ਸੋਹਣੀਆਂ ਨੇ ਜੀ। ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ, ਅੱਲਾ ਹਾਫਿਜ਼।